ਸਿਆਜੇ ਮੇ ਸਰਨਾਮਾ ਹੈ ਸ਼ੱਕ ਸਿਮਰਨ ਪਾਟੀਆਂ ਨਾਇਰ ਨੂੰ ਇੱਕ ਫਿਕਰ ਜਿਹਾ ਚੰਬੜ ਗਿਆ ਹੈ ਫਿਕਰ ਵੀ ਕੀ ਫਿਕਰ ਦਾ ਚੋਲਾ ਜਿਆ ਹੈ ਜਦੋਂ ਤੀਕ ਨਜਮਾ ਸਿਮਰਨ ਦੇ ਘਰ ਦੀਆਂ ਵਲਗਣਾ ਵਿੱਚ ਪੋਚੇ ਲਾਂਦੀ ਸਬਜ਼ੀਆਂ ਕੱਢਦੀ ਕੱਟਦੀ ਰੋਟੀ ਪਕਾਉਂਦੀ ਭਾਂਡੇ ਧੋਂਦੀ ਇਧਰੋਂ ਉਧਰ ਹੁੰਦੀ ਰਹੇਗੀ ਸਿਮਰਨ ਦਾ ਫਿਕਰ ਵੀ ਕਮਰਾ-ਦਰ ਕਮਰਾ ਝੂਲਦਾ ਰਹੇਗਾ ਸਿਮਰਨ ਕੁਰਸੀ ਤੇ ਬੈਠੀ ਕਿਤਾਬ ਪੜ੍ਹ ਰਹੀ ਹੋਏਗੀ ਪਰ ਕੰਨ ਨਜਮਾ ਦੇ ਪੈਰਾਂ ਦੀ ਬਿੜਕ ਲੈ ਰਹੇ ਹੋਣਗੇ ਪਰ ਲ ਐਨ ਜੀ ਵੀ ਕੋਈ ਇਕਾਗਰ ਹੋ ਕੇ ਪੜ ਸਕਦਾ ਹੈ ਇਹ ਨਜਮਾ ਕੰਮ ਮੁਕਾ ਕੇ ਘਰੋਂ ਨਿਕਲੇ ਸਿਮਰਨ ਅੰਦਰੋਂ ਦੀ ਚਿਟਕਣੀ ਲਾਏ ਤਾਂ ਕਿਤੇ ਜਾ ਕੇ اطمینਾਨ ਨਾਲ ਕਿਤਾਬ ਪੜ ਸਕੇਗੀ ਇੱਕ ਅੱਦਾ ਠੌਂਕਾ ਲਾ ਸਕੇਗੀ ਉਹ ਜਿ ਸਿਮਰਨੋਂ ਨਔਰਤਾਂ ਵਿੱਚੋਂ ਨਹੀਂ ਜੋ ਗਾਇਬ ਗਾਇ ਨੌਕਰਾਂ ਉਤੇ ਬੇਮਤਲਬ ਸ਼ੱਕ ਕਰਦੀਆਂ ਰਹਿੰਦੀਆਂ ਨੇ ਉਹਨਾਂ ਦੇ ਅੱਗੇ ਪਿੱਛੇ ਘੁੰਮਦੀਆਂ ਰਹਿੰਦੀਆਂ ਨੇ ਆਖਰਕਾਰ ਨੌਕਰ ਵੀ ਤਾਂ ਇਨਸਾਨ ਹਨ ਸਾਡੇ ਤੁਹਾਡੇ ਵਰਗੇ ਤੁਸੀਂ ਉਹਨਾਂ ਨਾਲ ਇਨਸਾਨਾਂ ਵਾਂਗ ਪੇਸ਼ ਆਓਗੇ ਤੇ ਉਹ ਵੀ ਤੁਹਾਡੀ ਇੱਜ਼ਤ ਕਰਨਗੇ ਤੁਸੀਂ ਉਹਨਾਂ ਨੂੰ ਬੇਮਤਲਬ ਛੁਟਿਆਂਦੇ ਰਹੋਗੇ ਤੇ ਉਹ ਵੀ ਤੁਹਾਨੂੰ ਬਖਸ਼ਣਗੇ ਨਹੀਂ ਤੁਹਾਡੇ ਮੂੰਹ ਤੇ ਭਾਵੇਂ ਹਾਂ ਜੀ ਬੀਬੀ ਜੀ ਕਰਦੇ ਰਹਿਣ ਪਰ ਹੀਠਾ ਪਾਰਕ ਵਿੱਚ ਜਾ ਕੇ ਹੋਰ ਨਾ ਨੌਕਰਾਂ ਨਾਲ ਬਹਿ ਕੇ ਉਹ ਵੀ ਤੁਹਾਡੇ ਘਰ ਦੇ ਪੋਤੜੇ ਫਰੋਲਣਗੇ ਆਖਰਕਾਰ ਉਹਨਾਂ ਵੀ ਤੇ ਆਪਣੇ ਮਨ ਦੀ ਪੜਾਅ ਕਿਸੇ ਤਰ੍ਹਾਂ ਕੱਢਣੀ ਹੁੰਦੀ ਹੈ ਨਾ ਜਾਨਵਰ ਕੋਲੋਂ ਵੀ ਵਫਾਦਾਰੀ ਦੀ ਉਮੀਦ ਰੱਖਣੀ ਹੋਵੇ ਤੇ ਉਹਨੂੰ ਪਿਆਰ ਨਾਲ ਪੁੱਛ ਕਰਨਾ ਪੈਂਦਾ ਹੈ ਤੇ ਨੌਕਰ ਤਾਂ ਸਾਡੇ ਤੁਹਾਡੇ ਵਾਂਗ ਸਦਰਾਂੋਂ ਮੰਗਾ ਵਾਲੇ ਹਨ ਹੱਡਮਾਸ ਦੇ ਪੁਤਲੇ ਤੁਹਾਡੀ ਇੱਜ਼ਤ ਤਾਂ ਹੀ ਕਰਨਗੇ ਜੇਕਰ ਤੁਸੀਂ ਵੀ ਉਹਨਾਂ ਨਾਲ ਠੀਕ ਤਰ੍ਹਾਂ ਪੇਸ਼ ਆਓਗੇ। ਦਰਅਸਲ ਕਸੂਰ ਨੌਕਰਾਂ ਦਾ ਨਹੀਂ ਮਾਲਕਾਂ ਦਾ ਹੁੰਦਾ ਹੈ। ਇਹ ਹੇਠਲੀ ਮੰਜ਼ਲ ਵਾਲੀ ਕਪੂਰਨੀ ਨੂੰ ਹੀ ਦੇਖ ਲਓ। ਬੱਚੇ ਅਮਰੀਕਾ ਵਸਿਓਏ ਨੇ। ਕਪੂਰ ਸਾਹਿਬ ਦੀ ਚੌਕੀ ਪੈਨਸ਼ਨ ਆਂਦੀ ਹੈ। ਕਿਸੇ ਗੱਲ ਦਾ ਘਾਟਾ ਨਹੀਂ। ਕਿਰਸ ਕਰਨ ਦੀ ਕੋਈ ਲੋੜ ਨਹੀਂ। ਪਰ ਨੌਕਰਾਂ ਨੂੰ ਕਪੂਰਨੀ ਹਮੇਸ਼ਾ ਬਚਿਆ ਖੁਚਿਆ ਦੇ ਕੇ ਹੀ ਰਾਜ਼ੀ ਹੈ। ਰੋਟੀ ਹਮੇਸ਼ਾ ਆਪ ਪਾ ਕੇ ਦੇਵੇਗੀ ਮਜਾਲੇ 2.5 ਚਮਚ ਤੋਂ ਵੱਧ ਦਾਲ ਤੇ 2 ਚਮਚ ਤੋਂ ਵੱਧ ਸਬਜ਼ੀ ਕਦੇ ਉਹਨੇ ਕਿਸੇ ਨੌਕਰ ਦੀ ਥਾਲੀ ਵਿੱਚ ਰੱਖੀ ਹੋਵੇ ਤੇ ਜੇ ਕਦੇ ਮੀਟ ਮੁਰਗਾ ਬਣਿਆ ਆਏ ਤੇ ਉਹਨਾਂ ਲਈ ਚੁਣ-ਚੁਣ ਕੇ ਉਹ ਟੁਕੜੇ ਜਿਹੜੇ ਜਾਂ ਤਾਂ ਨੇੜੇ ਨਿਰੇ ਛਛੜੇ ਹੋਣ ਜਾਂ ਫਿਰ ਨਿਰੀਆਂ ਹੱਡੀਆਂ ਨਾ ਚਗਲੀਆਂ ਜਾਣ ਨਾ ਨਿਕਲੀਆਂ ਜਾਣ ਪਰ ਕੰਮ ਉਹਨਾਂ ਕੋਲੋਂ ਵੱਧ ਤੋਂ ਵੱਧ ਲਏਗੀ ਚਾਰ-ਚਾਰ ਵਾਰ ਘਰ ਵਿੱਚ ਪੋਚੇ ਮਰਵਾਏਗੀ ਭਾਂਡਿਆਂ ਦੇ ਢੇਰ ਮੰਜਵਾਏਗੀ ਉਤੋਂ ਨੁਕਸ ਕੱਢੇਗੀ ਵੱਖਰੇ ਹੁਣ ਦੱਸੋ ਫਲਾ ਮੱਕਾ ਮਿਲਦੇ ਹੀ ਨੌਕਰ ਬਾਹਰ ਜਾ ਕੇ ਉਹਦੇ ਘਰ ਦੇ ਪੋਤੜੇ ਕਿਉਂ ਨਾ ਫਰੋਲਣ ਸਿਮਰਨ ਕਪੂਰਨੀ ਵਰਗੇ ਲੋਕਾਂ ਨਾਲ ਬਹੁਤਾ ਮੇਲਜੋਲ ਨਹੀਂ ਰੱਖਦੀ ਹੇਠਲੇ ਫਲੈਟ 'ਚ ਰਹਿੰਦੀ ਐ ਆਣ ਜਾਣ ਵਾਲੀਆਂ ਪੌੜੀਆਂ ਸਾਂਝੀਆਂ ਨੇ ਸੋ ਮੇਲ ਟਕਰਾ ਤੇ ਹੋ ਹੀ ਜਾਂਦਾ ਐ ਬਸ ਸਰਸਰੀ ਜਈ ਦਵਾ ਸलाम ਕੀਤੀ ਤੇ ਤੁਰਦੇ ਬਣੇ ਏਦੂ ਵੱਦ ਸ਼ਹਿ ਸਿਮਰਨ ਨੇ ਕਦੀ ਕਪੂਰਨੀ ਨੂੰ ਦਿੱਤੀ ਨਹੀਂ ਨਹੀਂ ਤੇ ਇਹੋ ਜੈ ਨੂੰ ਤੇ ਜੇ ਉਂਗਲ ਵੀ ਫੜਾ ਦਿੱਤੀ ਉਹ ਤੇ ਪੂਰੀ ਬਾਹ ਹੀ ਨਿਗਲ ਜਾਏਗੀ ਵੈਲੀ ਔਰਤ ਸਾਰਾ ਦਿਨ ਜਾਂ ਤੇ ਟੀਵੀ ਦੇਖਦੀ ਰਹਿੰਦੀ ਹੈ ਜਾਂ ਫਿਰ ਬਾਲਕੋਨੀ ਵਿੱਚ ਖੜੀ ਆਂਡ ਗਵਾਂਡ ਦੀਆਂ ਹੋਰਨਾ ਵੇਲੜਾਂ ਨਾਲ ਗੱਪਾਂ ਮਾਰਦੀ ਰਹਿੰਦੀ ਹੈ। ਸਿਮਨਨ ਦੇ ਘਰ ਆਣ ਜਾਣ ਵਾਲਿਆਂ ਦੀ ਬਿੜਕ ਲੈਂਦੀ ਰਹਿੰਦੀ ਹੈ। ਕੌਣ ਕਿਹੜੇ ਵੇਲੇ ਆਇਆ, ਕਿਹੜਾ ਕਦੋਂ ਬਾਹਰ ਨਿਕਲਿਆ। ਸ਼ੁਕਰ ਹੈ ਇਸ ਗੱਲ ਦਾ ਕਿ ਸਾਲ ਵਿੱਚੋਂ 6 ਮਹੀਨੇ ਕਪੂਰਨੀ ਦਿੱਲੀੋਂ ਬਾਹਰ ਹੀ ਰਹਿੰਦੀ ਹੈ। ਹਵਾ ਵਿੱਚ ਰਤਾ ਜਿੰਨੀ ਗਰਮੀ ਆਈ ਨਹੀਂ ਕਿ ਕਪੂਰਨੀ ਤਰੇਲ ਵਾਂਗੂ ਗਾਇਬ ਹੋਈ ਨਹੀਂ। ਵੈਸੇ ਇਹੋ ਜੀ ਔਰਤ ਨੂੰ ਤਰੇਲ ਨਾਲ ਮੇਚਣਾ ਹੀ ਗਲਤ ਹੈ। ਪਰ ਤੁਸੀਂ ਇਹ ਵੀ ਨਹੀਂ ਨਾ ਕਹਿ ਸਕਦੇ ਹੋ ਕੰਡੇ ਵਾਂਗ ਜਾਂ ਗਲੇ ਵਿੱਚ ਫੱਸੀ ਹੱਡੀ ਵਾਂਗ ਜਾਂ ਫਿਰ ਹੋਰ ਕਿਸੇ ਚੀਜ਼ ਹੋਰ ਚੀਜ਼ ਵਾਂਗ ਲੋਪ ਹੋ ਜਾਂਦੀ ਹੈ। ਕਹਿਣਾ ਤੇ ਤਰੇਲ ਹੀ ਪਏਗਾ ਕਿਉਂਕਿ ਦਿੱਲੀ ਵਿੱਚ ਪਹਿਲੀਆਂ ਲੂਆਂ ਚੱਲਣ ਤੋਂ ਪਹਿਲਾਂ ਹੀ ਕਪੂਰਨੀ ਤੇ ਕਪੂਰ ਸਾਹਿਬ ਛੜੱਪ ਗਾਇਬ ਹੋ ਜਾਂਦੇ ਨੇ ਤੇ ਫਿਰ ਸਾਰੀਆਂ ਗਰਮੀਆਂ ਨਾਨੀਤਾਲੀ ਕੱਟਦੇ ਨੇ। 20 ਵਰਿਆਂ ਤੋਂ ਉਹਨਾਂ ਨੇ ਕਿਸੇ ਦਾ ਮਕਾਨ 150 ਰੁਪਏ ਕਿਰਾਏ ਤੇ ਮੱਲਿਆ ਹੋਇਆ ਹੈ। ਮਕਾਨ ਮਾਲਕ ਵਿਚਾਰਾ ਲੱਖ ਕੋਸ਼ਿਸ਼ਾਂ ਕਰ ਚੁੱਕਿਆ ਕਿ ਕਿਸੇ ਤਰ੍ਹਾਂ ਉਹਦੀ ਕਾਟੇਜ ਖਾਲੀ ਹੋ ਜਾਏ। पर कपूरनी ਉੱਤੇ ਨਾ ਉਹਦੇ ਧਰਲਿਆਂ ਦਾ ਅਸਰ ਹੋਇਆ ਨਾ ਮੁਕਦਮਿਆਂ ਦੀਆਂ ਧਮਕੀਆਂ ਦਾ ਜਿਹੜੀ ਔਰਤ ਨੌਕਰ ਨੂੰ ਇੱਕ ਵਾਧੂ ਰੋਟੀ ਦੇ ਕੇ ਰਾਜ਼ੀ ਨਹੀਂ ਭਲਾ ਇੰਨੀ ਸਸਤੀ ਰਿਹਾਇਸ਼ ਉਹ ਵੀ ਨੈਨੀਤਾਲ ਵਿੱਚ ਹੱਥੋਂ ਜਾਣ ਦੇਗੀ April ਤੀਕ ਜਦੋਂ ਤੱਕ ਕਪੂਰਨੀ ਨੇ ਨੈਨੀਤਾਲ ਵੱਲ ਚੱਲੇ ਨਹੀਂ ਸੀ ਪਾਏ ਨਜਮਾ ਬਹੁਤਾ ਕੰਮ ਕਪੂਰਨੀ ਦਾ ਹੀ ਕਰਦੀ ਸੀ ਸਿਮਰਨ ਦੇ ਘਰ ਤਾਂ ਸਿਰਫ ਸਵੇਰੇ ਸਵੇਰੋਂ ਦੇ ਕਾਲਜ ਲਈ ਨਿਕਲਣ ਤੋਂ ਪਹਿਲਾਂ ਆ ਕੇ ਝਾੜੂ ਪੋਚਾ ਤੇ ਰਾਤ ਦੇ ਬੱਚੇ ਭਾਂਡੇ ਕਰ ਦਿੰਦੀ ਸੀ ਉਸ ਤੋਂ ਬਾਅਦ ਉਹ ਕਪੂਰਨੀ ਦੇ ਘਰ ਦਾ ਹੀ ਸਾਰਾ ਕੰਮ ਸੰਭਲੀ ਸੀ ਝਾੜੂ ਪੋਚਾ ਭਾਂਡੇ ਢਿੰਡੇ ਰੋਟੀ ਟੁਕ ਉਹਨਾਂ ਦੇ ਆਖਰੀ ਕੰਮ ਕਪੂਰਨੀ ਨੂੰ ਮਜਬੂਰੀ 'ਚ ਕਰਾਉਣਾ ਪੈ ਰਿਆ ਸੀ ਇੱਕ ਦਿਨ ਬੈਲਕਨੀ ਵਿੱਚ ਖੜੀ ਸਾਹਮਣੇ ਵਾਲਿਆਂ ਨੂੰ ਦੱਸ ਰਹੀ ਸੀ ਭੈਣ ਜੀ ਮਜਬੂਰੀ ਵਿੱਚ ਮੁਸਲਮਾਨ ਦੇ ਹੱਥਾਂ ਦੀ ਰੋਟੀ ਖਾਣੀ ਪੈ ਰਹੀ ਹੈ ਪਰ ਕੀ ਕਰੀਏ ਨੌਕਰ ਸੌਖੇ ਲੱਭਦੇ ਨਹੀਂ ਤੇ ਇਹ ਜੇ ਕੰਮ ਮੇਰੇ ਕੋਲ ਤੇ ਹੁੰਦੇ ਨਹੀਂ ਸੋ ਨਾ ਹੋਣ ਨਾਲੋਂ ਤੇ ਇਹ ਬੰਗਲਾਦੇਸ਼ ਨਹੀਂ ਚੰਗੀ ਵੈਸੇ ਰੋਜ਼ ਇਹਦੇ ਪਹਿਲਾਂ ਹੱਥ ਚੰਗੀ ਤਰ੍ਹਾਂ ਧੋ ਆਂਦੀਆਂ ਇਸ ਲਈ ਇਹਦੇ ਲਈ ਰਸੋਈ 'ਚ ਵੱਖਰਾ ਸਾਬਣ ਵੀ ਰੱਖਿਆ ਹੋਇਆ ਜੇ ਮੈਂ ਕਿਉਂ ਜੀ ਦਕੀਆਂ ਨੂੰ ਸੀ ਔਰਤ ਤੇ ਕਪੂਰ ਨਹੀਂ ਉੰਜ ਬੁੱਢੇ ਵਾਰੇ ਬਿਨਾ ਭਾਂ ਦੇ ਬਲਾਊਜ਼ ਪਾਉਂਦੀ ਐ ਪਰ ਵੱਟੇ ਤਰਾਸ਼ਦੀ ਐ ਬੜੀ ਮਾਡਰਨ ਬਣਦੀ ਜੇ ਪਰ ਖਿਆਲ ਬਿਲਕੁਲ ਅਨਪੜਾਂ ਵਾਲੇ ਅੱਜ ਕੱਲ ਹਿੰਦੂ ਮੁਸਲਮਾਨ ਤੇ ਕੌਣ ਦੇਖਦਾ ਹੈ ਲੋਕੀ ਜਦੋਂ ਰੈਸਟੋਰੈਂਟਾਂ 'ਚ ਜਾ ਜਾ ਕੇ ਮੁਰਗੇ ਪਾੜਦੇ ਨੇ ਤੇ ਭਲਾ ਪਹਿਲੋਂ ਖਾਨਸਾਮਿਆਂ ਦੀ ਜਾਤ ਪੁੱਛਦੇ ਨੇ ਇਹੋ ਜੇ ਲੋਕਾਂ ਕੋਲੋਂ ਇਸੇ ਕਾਰਨ ਨਿੱਤ ਸਿਮਰਨ ਤਰਨਦੀ ਐ ਹੂ ਵਿੱਚ ਵਸਦੇ ਫੁਦਕ ਦੇ ਡੱਡੂਆਂ ਵਰਗੇ ਲੋਕ ਜਾਤਾਂ ਪਾਤਾਂ ਵਹਿਮਾਂ ਪਰਮਾਂ ਕਿਸਿਆਂ ਬਦਖੋਈਆਂ ਚ ਗਰਸੇ ਹੋਏ ਲੋਕ ਸਿਮਰਨ ਤੇ ਇਹਨਾਂ ਦੀ ਦੁਨੀਆ ਵਿੱਚ ਬਹੁਤ ਫਰਕ ਏ ਸਿਮਰਨ ਕਾਲਜ ਇਸ ਪੜਾਂਦੀ ਏ ਲੇਖਾਂ ਦੀਬਾਂ ਵਿੱਚ ਵਿਚਰਦੀ ਏ ਪੜੀ ਗੁੜੀ ਸੋਚ ਸਵਾਦ ਵਾਲੀ ਔਰਤ ਜਿਹਦੇ ਚ ਸਵੈ ਪ੍ਰੋਸਾ ਵੀ ਏ ਸਵੈ ਮਾਨ ਵੀ ਤਾਂ ਹੀ ਤੇ ਰਮੇਸ਼ ਨਾਇਰ ਨਾਲ ਵਿਆਹ ਕਰਨ ਤੋਂ ਬਾਅਦ ਵੀ ਉਹ ਸਿਮਰਨ ਨਾਇਰ ਨਹੀਂ ਬਣੀ ਸਿਮਰਨ ਪਾਟੀਆਂ ਨਾਂੇ ਰਖਵਾਂਦੀ ਏ ਪਟਿਆ ਨਾਇਰ ਜੋੜੀ ਦਾ ਘਰ ਅਸਲੀ ਅਰਥਾਂ ਵਿੱਚ ਆਧੁਨਿਕ ਹਿੰਦੁਸਤਾਨੀ ਘਾਰੇ ਇੱਥੇ ਪੂਰੀਆਂ ਛੋਲੇ ਵੀ ਪਕਦੇ ਨੇ ਮਸਾਲੇ ਦੋਸੇ ਵੀ ਬਣਦੇ ਨੇ ਤੇ ਕਦੇ-ਕਦੇ ਮੈਕਰੋਨੀ ਵੀ ਦੋਸਤਾਂ ਦੀ ਗਿਣਤੀ ਵਿੱਚ ਸਿਰਫ ਪੰਜਾਬੀ ਤੇ ਕੇਰਲਾ ਦੇ ਲੋਕ ਹੀ ਨਹੀਂ ਬੰਗਾਲੀ ਗੁਜਰਾਤੀ ਤੇ ਮ드ਰਾਸੀ ਵੀ ਸ਼ਾਮਲ ਨੇ ਅਸਲੀ ਮ드ਰਾਸੀ ਜਿਹੜੇ ਤਮਿਲ ਬੋਲਣ ਵਾਲੇ ਹੁੰਦੇ ਨੇ ਇਹ ਨਹੀਂ ਜਿਵੇਂ ਆਮ ਪੰਜਾਬੀ ਕਰਦੇ ਨੇ ਕਿ ਦੱਖਣ ਦੇ ਹਰ ਵਸਿੰਦੇ ਨੂੰ ਇੱਕੋ ਮ드ਰਾਸੀ ਦੀ ਕੂਚੀ ਨਾਲ ਰੰਗ ਦਿੱਤਾ ਜਿਵੇਂ ਆਂਧਰਾ ਕੇਰਲਾ ਤੇ ਕਰਨਾਟਕਾ ਵਾਲਿਆਂ ਦੀ ਕੋਈ ਵੱਖਰੀ ਹੋਣ ਦੀ ਨਾ ਹੋਵੇ रमेश यूएनओ ਨਾਲ ਸੰਬੰਧਿਤ ਅਧਿਕਾਰੇ ਵਿੱਚ ਨੌਕਰ ਹੈ ਕਦੇ-ਕਦੇ ਹੀ ਦੇਸ਼ੋਂ ਬਾਹਰ ਵੀ ਜਾਣਾ ਪੈਂਦਾ ਹੈ ਬਾਹਰਲੀ ਦੁਨੀਆ ਦੇ ਚੰਗੇ ਮੰਦੇ ਰਸਮਾਂ ਰਿਵਾਜਾਂ ਨਾਲ ਦੋਵੇਂ ਜੀ ਚੰਗੀ ਤਰ੍ਹਾਂ ਵਾਕਫ ਨੇ ਨਾ ਹਰ ਹਿੰਦੁਸਤਾਨੀ ਤੌਰ ਤਰੀਕੇ ਨੂੰ ਅੱਖਾਂ ਮੀਟ ਕੇ ਸਵੀਕਾਰਦੇ ਨੇ ਨਾ ਬਾਹਰਲੇ ਮੁਲਕ ਦੇ ਢੰਗ ਤਰੀਕਿਆਂ ਨੂੰ ਬਿਨਾਂ ਸੋਚੇ ਸਮਝੇ ਸਮਝਿਆ ਤਿਰਸਕਾਰਦੇ ਨੇ ਘਰ ਦੇ ਕੰਮ ਜਿਹੜੇ ਨੌਕਰਾਂ ਦੀ ਪਹੁੰਚ ਜਾਂ ਸਮਰੱਥਾ ਤੋਂ ਪਰੇਰੇ ਨੇ ਇਹਨਾਂ ਨੇ ਆਪਸ ਵਿੱਚ ਵੰਡੇ ਹੋਏ ਨੇ ਸਵੇਰ ਦੀ ਚਾਹ ਹਮੇਸ਼ਾ ਰਮੇਸ਼ ਬਣਾਉਂਦਾ ਹੈ ਕਿਉਂਕਿ ਉਹਨੂੰ ਮੂੰਹ ਚਾਖੜੇ ਜਾਗਣ ਦੀ ਆਦਤ ਹੈ। ਸਿਮਰਨ ਨੂੰ ਸਵੇਰੇ ਸਵੇਰੇ ਉੱਠ ਕੇ ਚਾਹ ਪੱਤੀ ਕਰਨਾ ਕਦੇ ਵੀ ਪਸੰਦ ਨਹੀਂ ਸੀ। ਕੱਲੀ ਹੋਵੇ ਤੇ ਆਪਣੇ ਲਈ ਚਾਹ ਬਣਾਉਂਦੀ ਹੀ ਨਹੀਂ। ਸੋ ਰਮੇਸ਼ ਨੇ ਕੰਮ ਆਪਣੇ ਜ਼ਿੰਮੇ ਲਿਆ ਆਇਆ ਹੈ। ਸਗੋਂ ਪਾਰਟੀ ਤੇ ਹਾਰ ਵਾਲੇ ਦਿਨ ਜਦੋਂ ਡਰਿੰਕਸ ਲਈ ਵਧੀਆ ਬਲੋਰੀ ਗਲਾਸ ਕੱਢ ਕੇ ਵਰਤੇ ਜਾਂਦੇ ਨੇ, ਰਮੇਸ਼ ਸਿਮਰਨ ਨਾਲ ਰਲ ਕੇ ਹੁਜੇ ਨਾਜ਼ੁਕ ਭਾਂਡੇ ਧੋ ਵੀ ਦਿੰਦਾ ਹੈ। بیوی ਦੇ ਹੱਥ, بیوی ਦਾ ਹੱਥ ਵਟਾਉਣ ਨੂੰ ਆਪਣੀ ਮਰਦਾਨਗੀ ਉੱਤੇ ਸੱਟ ਨਹੀਂ ਸਮਝਦਾ। ਦੋਵੇਂ ਜੀ ਕੰਮ ਤੇ ਜਾਂਦੇ ਨੇ ਪਰ ਪੂਰੇ ਵਕਤ ਦਾ ਨੌਕਰ ਇਹਨਾਂ ਕੋਲ ਕੋਈ ਨਹੀਂ। ਇੱਕ ਤੇ ਅੱਜ ਕੱਲ੍ਹ ਇਤਬਾਰੀ ਨੌਕਰ ਸੌਖਿਆਂ ਲੱਭਦੇ ਨਹੀਂ। ਦੂਜੇ ਦੋ ਤੇ ਕੁੱਲ ਮਿਲਾ ਕੇ ਜੀਣੇ। ਰਮੇਸ਼ ਬਹੁਤਾ ਬਾਹਰ ਹੀ ਰਹਿੰਦਾ ਹੈ। ਦੁਪਹਿਰ ਦੀ ਰੋਟੀ ਦੋਵੇਂ ਘਰ ਨਹੀਂ ਖਾਂਦੇ। ਸੋ ਅਦਵਕਤੀ ਮਦਦਗਾਰ ਨਾਲ ਕੰਮ ਚੱਲ ਜਾਂਦਾ ਹੈ। ਹਾਂ, ਗਰਮੀਆਂ ਦੇ 3 ਮਹੀਨੇ ਜਦੋਂ ਕਾਲਜ 'ਚ ਛੁੱਟੀਆਂ ਹੋ ਜਾਂਦੀਆਂ ਨੇ, ਸਿਮਰਨ ਨੂੰ ਕੁੱਲ ਵਕਤੀ ਨੌਕਰ ਦਾ ਨਾ ਹੋਣਾ ਬਹੁਤ ਚੁਬਦਾ ਹੈ। ਨਾ ਗਰਮੀਆਂ ਵਿੱਚ ਚੁੱਲ੍ਹੇ ਚੌਂਕੇ ਵੱਲ ਮੂੰਹ ਕਰਨ ਤੇ ਜੀ ਕਰਦਾ ਤੇ ਨਾ ਹੀ ਕਿਸੇ ਨੂੰ ਘਰ ਦਾਵਤ ਤੇ ਬੁਲਾਉਣ ਦਾ ਪਰ ਸਿਰਫ 2 ਮਹੀਨੇ ਲਈ ਨੌਕਰ ਕਿੱਥੋਂ ਲੱਭੇ ਹਰ ਕੋਈ ਆਪੋ ਆਪਣੀ ਥਾਂ ਤੇ ਫਿੱਟੇ ਇੰਨੇ ਥੋੜੇ ਚਿਰ ਲਈ ਕੰਮ ਲੱਗਣ ਨੂੰ ਕੌਣ ਰਾਜ਼ੀ ਹੋਏਗਾ ਪਰ ਐਤ ਕੀ ਇਹ ਮਸਲਾ ਆਪ ਪਈ ਹੱਲ ਹੋ ਗਿਆ ਕਪੂਰਨੀ ਨੈਨੀਤਾਲ ਗਈ ਤੇ ਨਜਮਾ ਵੇਲੀ ਹੋ ਗਈ ਉਹਨੇ ਆਪੇ ਪੁੱਛ ਲਿਆ ਬੀਬੀ ਜੀ ਤੁਹਾਡਾ ਵੀ ਕਾਲਜ ਬੰਦ ਹੋ ਗਿਆ ਮੈਂ ਸਵੇਰੇ ਸਵੇਰੇ ਆਣ ਦੀ ਥਾਂ ਜੇਕਰ ਥੋੜਾ ਲੇਟ ਆ ਜਾਇਆ ਕਰਾਂ ਤੇ ਤੁਹਾਡਾ ਬਾਕੀ ਦਾ ਕੰਮ ਵੀ ਸੰਭਾਲ ਲਵਾਂ ਸਿਮਰਨ ਨੂੰ ਹੋਰ ਕੀ ਚਾਹੀਦਾ ਸੀ ਛੱਟ ਹਾਂ ਕਰ ਦਿੱਤੀ ਪਹਿਲਾਂ ਤਾਂ ਕਦੀ ਇੰਜ ਗੱਲ ਬਣੀ ਨਹੀਂ ਸੀ ਕਿਉਂਕਿ ਕਪੂਰਨੀ ਤੇ ਸਿਮਰਨ ਨੇ ਕਦੇ ਸਾਂਝਾ ਨੌਕਰ ਰੱਖਿਆ ਹੀ ਨਹੀਂ ਸੀ ਇਹ ਤਾਂ ਪਿਛਲੇ ਅਕਤੂਬਰ ਵਿੱਚ ਨਜਮਾ ਐਸੇ ਵੇਲੇ ਆਨਬੋੜੀ ਸੀ ਜਦੋਂ ਸਿਮਰਨ ਦੀ ਪਿਛਲੀ ਮਾਈ ਮਿੰਡ ਮਾਈ ਪਿੰਡ ਚਲੀ ਗਈ ਸੀ ਤੇ ਨੇਲੀ ਤਾਲੋਂ ਮੁੜੀ ਕਪੂਰਨੀ ਵੀ ਕਿਸੇ ਨਵੇਂ ਨੌਕਰ ਦੀ ਭਾਲ ਵਿੱਚ ਸੀ ਸੋ ਨਜਮਾ ਨੇ ਉੱਤੇ ਥੱਲੇ ਦੇ ਦੋਵੇਂ ਫਲੈਟਾਂ ਦਾ ਕੰਮ ਲੈ ਲਿਆ ਸੀ ਨਜਮਾ ਨਵੀਂ-ਨਵੀਂ ਬੰਗਲਾਦੇਸ਼ ਤੋਂ ਆਈ ਸੀ ਪਤੀਓ ਦਾ ਅਸਲਮ ਕਿਸੇ ਠੇਕੇਦਾਰ ਕੋਲ ਇਟਾ ਟੋਣ ਦਾ ਕੰਮ ਕਰ ਰਿਹਾ ਸੀ ਤੇ ਉਹਨਾਂ ਨੇ ਸਿਮਰਨ ਹੋਰਾਂ ਦੀ ਕਲੋਨੀ ਦੇ ਨੇਲੇ ਨੇੜੇ ਹੀ ਗੰਦੇ ਨਾਲੇ ਦੇ ਪਰਲੇ ਪਾਸੇ ਵਸੀਆਂ ਝੁੱਗੀਆਂ ਵਿੱਚ ਹੀ ਆਪਣੀ ਝੁੱਗੀ ਪਾ ਲਈ ਸੀ। ਅਜੀਬ ਸ਼ਹਿਰ ਹੈ ਦਿੱਲੀ ਵੀ ਉਂਜ ਤੇ ਕਹਿਣ ਨੂੰ ਰਾਜਧਾਨੀ ਹੈ ਸਰਕਾਰਾਂ ਦੀ ਸਰਕਾਰ ਇੱਥੇ ਵੱਸਦੀ ਹੈ। ਮੁਗਲਾਂ ਤੋਂ ਲੈ ਕੇ ਅੰਗਰੇਜ਼ਾਂ ਤੱਕ ਦੇ ਉਸਾਰੇ ਵੱਡੇ ਵੱਡੇ ਮਹਿਲ ਨੇ ਇੱਥੇ। ਨਾਲ ਹੀ ਨੌ ਤਨਾਡੀਆਂ ਬਣਾਈਆਂ ਮਹਿਲਾਂ ਨੂੰ maat ਪਾਉਂਦੀਆਂ ਕੋਠੀਆਂ ਨੇ। ਪਰ ਇਨ੍ਹਾਂ ਮਹਿਲਾਂ ਇਨ੍ਹਾਂ ਕੋਠੀਆਂ ਤੋਂ ਜ਼ਰਾ ਕੁ ਸੱਜੇ ਰਤਾ ਕੋ ਖੱਬੇ ਕਿਧਰੇ ਵੀ ਚਲੇ ਜਾਓ ਨਾਲ ਹੀ ਝੁੱਗੀਆਂ ਦੇ ਭੌਣ ਉਸਰੇ ਹੋਏ ਨੇ। ਰੇਲਵੇ ਲਾਈਨਾਂ ਦੇ ਨਾਲ ਲੱਗਦੇ ਗੰਦੇ ਨਾਲਿਆਂ ਦੇ ਕੰਡੇ ਵਸਦੇ ਖਰੇ ਜਿੰਨੀ ਦਿੱਲੀ ਕੋਠੀਆਂ ਤੇ ਮਹਿਲਾਂ ਵਿੱਚ ਵਸਦੀ ਏ ਉਸ ਤੋਂ ਕਿਤੇ ਵੱਧ ਨਾ ਪੌਣਾ ਵਿੱਚ ਦਰੜੀ ਹੋਈ ਏ ਸਿਵਰਨ ਨੂੰ ਸੋਚ-ਸੋਚ ਕੇ ਖੇਚ ਜਾਂਦੀ ਏ ਕਿਉਂ ਹੋ ਜਾ ਸ਼ਹਿਰ ਇਹ ਸਾਡਾ ਕਿਉਂ ਹੋ ਜਾ ਮੁਲਕ ਇਹ ਸਾਡਾ ਪਤਾ ਨਹੀਂ ਕਿੰਨੀ ਘੋਰ ਗਰੀਬੀ ਹੋਵੇਗੀ ਬੰਗਲਾਦੇਸ਼ سے ਜਿਹੜੀਆਂ ਵਿਚਾਰਿਆਂ ਨਜ਼ਮਾ ਤੇ ਅਸਲਮ ਵਰਗੀਆਂ ਨੂੰ ਦਿੱਲੀ ਵਰਗੇ ਤਰੱਕੇ bussے قربਲ-ਕੁਰਬਰ ਕਰਦੇ ਸ਼ਹਿਰ ਵਿੱਚ ਖਿੱਚ ਲਿਆਈ ਏ ਕਪੂਰਨੀ ਵਰਗੇ ਲੋਕ ਭਾਵੇਂ ਬੰਗਲਾਦੇਸ਼ੀਆਂ ਨੂੰ ਜਿੰਨੀਆਂ ਮਰਜ਼ੀ ਗਾਲਾਂ ਕੱਢਣ ਸਿਮਰਨ ਜਾਣਦੀ ਹੈ ਕਿ ਕੋਈ ਡਾਡੀ ਮਜਬੂਰੀ ਕਿਸੇ ਨੂੰ ਕਿਸੇ ਨੂੰ ਵਤਨੋਂ بےਵਤਨ ਕਰਦੀ ਹੈ ਸਾਡੇ ਆਪਣੇ ਲੋਕ ਵੀ ਤਾਂ ਦੁਬਈ ਯੂਰਪ ਵਿੱਚ ਧੱਕੇ ਖਾਂਦੇ ਫਿਰਦੇ ਨੇ दरअसल ਕਪੂਰਨੀ ਹਿੰਦੂਤਵ ਦੇ ਢਰੇ ਢਏ ਚੜੀ ਹੋਈ ਹੈ ਬੰਗਲਾਦੇਸ਼ੀਆਂ ਦੇ ਬਹਾਨੇ ਰਾਜ ਕੇ ਮੁਸਲਮਾਨਾਂ ਨੂੰ ਗਾਲਾਂ ਕੱਢਦੀ ਹੈ ਅਖੇ ਇਨਾ ਸ਼ਰਨਾਰਥੀਆਂ ਨੇ ਦਿੱਲੀ ਦਾ ਸਤਿਆਨਾਸ਼ ਕੀਤਾ ਹੋਇਆ ਹੈ ਪਰ ਫਿਰ ਜਦੋਂ ਕੋਈ ਹੋਰ ਨਹੀਂ ਲੱਭਦਾ ਤੇ ਇਨਾ ਮੁਸਲਮਾਨਾਂ ਕੋਈ ਨਹੀਂ ਰੂਟ ਕੋਲੋਹੀ ਰੋਟੀ ਟੁੱਕ ਘੜਾਣ ਨੂੰ ਰਾਜ਼ੀ ਵੀ ਹੋ ਜਾਂਦੀ ਏ ਕਪੂਰਨੀ ਤਾਂ ਸ਼ੁਕਰ ਕਰੇ ਕਿ ਕੋਈ ਨਜਮਾ ਵਰਗੀ ਅਸੀਲ ਗਾਊ ਹੈ ਜਿਹੜੀ ਉਹਦੇ ਘਰ ਟਿਕ ਗਈ ਏ ਵਰਨਾ ਉਹਦੇ ਘਰ ਤਾਂ ਕੋਈ ਨੌਕਰ 3 ਮਹੀਨੇ ਵੀ ਨਹੀਂ ਕੱਟਦਾ ਵੈਸੇ ਨਜਮਾ ਦੀ ਪਿੱਠ ਸੁਣਦੀ ਏ ਸਾਰਾ ਕੰਮ ਬੜਾ ਸਾਫ਼ ਕਰਦੀ ਏ ਝਾੜੂ ਪੋਚਾ ਕਰੇ ਤਾਂ ਫਰਸ਼ ਐਨ ਲਿਸ਼ਕਦਾ ਏ ਭਾਂਡਿਆਂ ਉੱਤੇ ਕਦੇ ਕੋਈ ਥਿੰਦੇ ਦੀ ਲਕੀਰ ਨਹੀਂ ਰਹਿਣ ਦਿੰਦੀ ਸਿਮਰਨ ਨੂੰ ਤਾਂ ਉਹਦੀ ਬਣਾਈ ਰੋਟੀ ਵੀ ਪਸੰਦ ਹੈ ਮੀਟ ਮੱਛੀ ਤਾਂ ਬਹੁਤ ਹੀ ਵਧੀਆ ਬਣਾਉਂਦੀ ਏ ਸਿਮਰਨ ਨੇ ਨਜਮਨ ਨਾਲ ਕਦੇ ਕੋਈ ਵਿਤਕਰਾ ਨਹੀਂ ਕੀਤਾ ਜੋ ਆਪ ਖਾਦਾ ਜਿੰਨਾ ਆਪ ਖਾਦਾ ਉਨਾ ਹੀ ਨਹੀਂ ਸਗੋਂ ਉਸ ਤੋਂ ਵੀ ਵੱਧ ਨਜਮਾ ਦੀ ਪਲੇਟ ਵਿੱਚ ਪਾਇਆ ਹੈ ਦਿਨ ਤਿਹਾਰ ਤੇ ਉਹਨੂੰ ਕਪੜਾ ਲੱਤਾ ਵੀ ਦਿੱਤਾ ਹੈ ਪਰ ਹੁਣ ਕੁਝ ਦਿਨਾਂ ਤੋਂ ਸਿਮਰਨ ਨੂੰ ਇੱਕ ਫਿਕਰ ਜਿਹਾ ਚੰਬੜ ਗਿਆ ਹੈ ਫਿਕਰ ਨਾ ਸਹੀ ਫਿਕਰ ਦਾ ਝੌਲਾ ਹੀ ਸਹੀ ਭਈ ਕੋਈ ਗੱਲ ਤੇ ਜ਼ਰੂਰ ਹੈ ਸਿਮਰਨ ਨੇ ਦੇਖਿਆ ਹੈ ਨਜਮਾ ਦੇ ਕੰਮ ਦੀ ਰਫ਼ਤਾਰ ਹੌਲੀ-ਹੌਲੀ ਸੁਸਤ ਹੁੰਦੀ ਜਾ ਰਹੀ ਹੈ ਜਿਵੇਂ ਕੋਈ ਜਾਣ ਬੁੱਝ ਕੇ ਕੰਮ ਨੂੰ ਲਟਕਾ ਰਿਹਾ ਹੋਵੇ ਕੰਮੋਂ ਨਹੀਂ ਹੈ ਨਜਮਾ ਵੀ ਹੋਈ ਹੋਈ ਹੈ ਪਰ ਹੌਲੀ ਹੌਲੀ ਉਹਦੇ ਕੰਮ ਦੇ ਘੰਟੇ ਲੰਮੇ ਹੁੰਦੇ ਜਾ ਰਹੇ ਨੇ ਰੋਟੀ ਟੁਕਤ 2 ਵਜੇ ਹੀ ਮੁੱਕ ਜਾਂਦਾ ਉਸ ਤੋਂ ਬਾਅਦ ਚਾਰ ਭਾਂਡੇ ਹੀ ਧੋਣੇ ਹੁੰਦੇ ਨੇ ਰਾਤ ਲਈ 6 ਰੋਟੀਆਂ ਹੀ ਲਾ ਕੇ ਡੱਬੇ ਵਿੱਚ ਰੱਖਣੀਆਂ ਹੁੰਦੀਆਂ ਨੇ ਇਹ ਕੰਮ ਤੇ ਅੱਧੇ ਘੰਟੇ ਦਾ ਵੀ ਨਹੀਂ ਪਰ ਹੁਣ ਨਜਮਾ ਇਹ ਕੰਮ ਐਸੀ ਰੀ ਰੀ ਚਾਲੇ ਕਰਦੀ ਏ ਕਿ 4 ਵਜਾ ਦੇ ਦਿੰਦੀ ਏ ਸਗੋਂ ਪੁੱਛ ਲੈਂਦੀ ਏ ਬੀਬੀ ਜੀ ਆਖੋ ਤਾਂ ਰਾਤ ਲਈ ਕੋਰ ਸਾਲਨ ਬਣਾ ਜਾਵਾਂ ਪਹਿਲਾਂ ਪਹਿਲ ਤਾਂ ਸਿਮਰਨ ਨੂੰ ਚੰਗਾ ਹੀ ਲੱਗਾ ਕਿਹੜਾ ਨੌਕਰ ਹੁੰਦਾ ਏ ਜਿਹੜਾ ਆਪਣੇ ਲਈ ਵੱਧੂ ਕੰਮ ਸੇੜ ਕੇ ਰਾਜ਼ੀ ਹੁੰਦਾ ਤੇ ਕਿਹੜਾ ਮਾਲਕ ਹੁੰਦਾ ਜਿਹੜਾ ਬਿਨਾਂ ਤਰੱਦਦ ਬੋੜੀ ਨਿਯਮਤ ਨੂੰ ਨਾ ਕਰਤਾਏ ਪਰ ਹੁਣ ਸਿਮਰਨ ਨੂੰ ਕੁਝ ਫਿਕਰ ਜਿਹਾ ਲੱਗਣ ਲੱਗ ਪਿਆ ਹੈ ਇਹ ਨਜਮਾ ਆਪਣੇ ਘਰ ਕਿਉਂ ਨਹੀਂ ਜਾਂਦੀ ਇੱਥੇ ਹੀ ਕਿਉਂ ਲਟਕਦੀ ਰਹਿੰਦੀ ਹੈ ਜਿਉਂ-ਜਿਉਂ ਗਰਮੀਆਂ ਵੱਧ ਰਹੀਆਂ ਨੇ ਸਿਮਰਨ ਦਾ ਫਿਕਰ ਵੀ ਵੱਧਦਾ ਜਾ ਰਿਹਾ ਹੈ ਪਹਿਲੋਂ ਤੇ ਠੀਕ ਸੀ ਨਜਮਾ ਰਸੋਈ ਵਿੱਚ ਆਪਣਾ ਕੰਮ ਕਰਦੀ ਰਹਿੰਦੀ ਸੀ ਸਿਮਰਨ ਬੈਠਕ ਵਿੱਚ ਲੀਟੀ ਪੜਦੀ ਰਹਿੰਦੀ ਸੀ ਸ਼ੱਕ ਸ਼ੁਬੇ ਵਾਲੀ ਗੱਲ ਹੀ ਕੋਈ ਨਹੀਂ ਸੀ ਪਰ ਹੁਣ ਪੱਕਾ ਤੱਤੀਆਂ ਹਵਾਵਾਂ ਛੱਡਣ ਲੱਗ ਪਿਆ ਐ ਦੁਪਹਿਰੇ ਇੰਨੀ ਤਪਸ਼ ਹੋ ਜਾਂਦੀ ਐ ਕਿ ਸਿਮਰਨ ਆਪਣੇ ਸੌਣ ਕਮਰੇ ਵਿੱਚ 에어 ਕੰਡੀਸ਼ਨਰ ਲਾ ਕੇ ਉਹਦੀ ਠੰਡਕ ਵਿੱਚ ਸੁੰਗੜ ਕੇ ਦੋ ਘੜੀਆਂ ਸੌਣਾ ਲੋਚਦੀ ਐ ਪਰ AC ਲਾਣ ਦਾ ਮਤਲਬ ਐ ਕਮਰੇ ਦੇ ਦਰਵਾਜ਼ੇ ਵੀ ਬੰਦ ਕਰਕੇ ਸੌਣਾ ਘਰ ਵਿੱਚ ਨੌਕਰ ਘੁੰਮ ਰਿਹਾ ਹੋਵੇ ਤੇ ਭਲਾ ਤੁਸੀਂ ਆਪਣੇ ਆਪ ਨੂੰ ਇੱਕ ਕਮਰੇ ਵਿੱਚ ਡੱਕ ਕੇ ਕਿਵੇਂ ਸੌ ਸਕਦੇ ਹੋ ਨਜਮਾ ਭੋਲੀ ਜਪਦੀ ਸਈ ਜ਼ਾਤ ਦੀ ਔਰਤ ਸਈ ਪਰ ਤੁਸੀਂ ਅੱਜਕੱਲ ਦੇ ਇਸ ਕੀ ਜ਼ਮਾਨੇ ਵਿੱਚ ਕਿਸੇ ਤੇ ਪੂਰਾ ਭਰੋਸਾ ਕਿਵੇਂ ਕਰ ਸਕਦੇ ਹੋ ਸੋ ਜਦੋਂ ਤੱਕ ਨਜਮਾ ਘਰੋਂ ਚਲੀ ਨਹੀਂ ਜਾਂਦੀ ਸਿਮਰਨ ਅੰਦਰੋਂ ਕੁੜੀ ਲਾ ਨਹੀਂ ਲੈਂਦੀ ਉਹ ਏਸੀ ਲਾ ਕੇ ਸੌਣ ਦਾ ਸੋਚ ਵੀ ਨਹੀਂ ਸਕਦੀ ਨਜਮਾ ਇਧਰੋਂ ਉਧਰੋਂ ਹੁੰਦੀ ਰਹਿੰਦੀ ਏ ਸਿਮਰਨ ਦਾ ਫਿਕਰ ਵੀ ਕਮਰਾ ਦਰ ਕਮਰਾ ਝੂਲਦਾ ਰਹਿੰਦਾ ਏ ਜਿਉਂ ਜਿਉਂ ਗਰਮੀਆਂ ਵਧ ਰਹੀਆਂ ਨੇ ਕੁੜੀਆਂ ਨਹੀਂ ਸੁਸਤ ਕਿਉਂ ਹੋਈ ਜਾ ਰਹੀ ਏ ਕੋਈ ਮਤਾ ਤੇ ਨਹੀਂ ਪਕਾ ਰਹੀ ਕਿਦਰੇ ਅਸਲਮ ਨੇ ਇਹਨੂੰ ਕੁਝ ਸਿਖਾਇਆ ਤੇ ਨਹੀਂ ਕੀ ਪਤਾ ਐਸੇ ਗੱਲ ਦੀ ਤਾੜੇ ਚ ਹੋਵੇ ਕਿ ਕਦੋਂ ਮੈਂ ਸੌਵਾਂ ਤੇ ਕਦੋਂ ਕਿਸੇ ਅਲਮਾਰੀ ਉੱਤੇ ਹੱਥ ਸਾਫ਼ ਕਰੇ। ਸਿਮਰਨ ਨੂੰ ਹੁਣ ਘੜੀ-ਮੁੜੀ ਆਪਣੀਆਂ ਚਾਬੀਆਂ ਦਾ ਗੁੱਛਾ ਟੋਣ ਦੀ ਆਦਤ ਪੈਂਦੀ ਜਾ ਰਹੀ ਹੈ। ਕਦੇ-ਕਦਾਈਂ ਕਦੇ-ਕਦਾਈਂ ਅਖਬਾਰ ਵਿੱਚ ਖਬਰ ਛਪਦੀ ਏ ਫਲਾਣੀ ਕਲੋਨੀ ਵਿੱਚ ਫਲਾਣੇ ਦਾ ਨੌਕਰ ਮਾਲਕਾ ਨੂੰ ਮਾਰ ਕੇ ਗਹਿਣਾ ਗੱਟਾ ਲੈ ਕੇ ਭੱਜ ਗਿਆ। ਸਿਮਰਨ ਨੂੰ ਘਬਰਾਟ ਹੋਣ ਲੱਗ ਪੈਂਦੀ ਏ। ਉਸ ਦਿਨ ਨਜਮਾ ਨੂੰ ਘੂਰ-ਘੂਰ ਕੇ ਦੇਖਦੀ ਏ। ਨਜਮਾ ਦੇਖਣ ਨੂੰ ਵੈਸੇ ਉਹ ਜੀ ਜਾਪਦੀ ਤੇ ਨਹੀਂ। ਪਰ ਅੱਜਕੱਲ ਕਿਸੇ ਦਾ ਕੀ ਪਰੋਸਾ ਸਿਮਰਨ ਨੂੰ ਕਪੂਰਨੀ ਦੀ ਕਈ ਗੱਲ ਚੇਤੇ ਆਂਦੀ ਐ ਅੱਜਕੱਲ ਮਰਦ ਨੌਕਰ ਤਾਂ ਕਾਰੇ ਚ ਬਿਲਕੁਲ ਨਾ ਰੱਖੋ ਨੇਪਾਲੀ ਤਾਂ ਕਿਸੇ ਦੀ ਕਿਸੇ ਹਾਲਤ ਵਿੱਚ ਵੀ ਨਹੀਂ ਕੋਈ ਪਤਾ ਨਹੀਂ ਤੁਹਾਨੂੰ ਕਦੋਂ ਵੱਡ ਟੁੱਕ ਕੇ ਆਪ ਸਰ ਹੱਦੋਂ ਪਾਰ ਹੋ ਜਾਣ ਇੰਨੀਆਂ ਵਾਰਦਾਤਾਂ ਹੋ ਚੁੱਕੀਆਂ ਨੇ ਜਦੋਂ ਸਿਮਰਨ ਨੇ ਕਪੂਰਨੀ ਨੂੰ ਇਹ ਕਹਿੰਦਿਆਂ ਸੁਣਿਆ ਸੀ ਤੇ ਉਹਨੂੰ ਉਦੋਂ ਖਿਜ ਵੀ ਆਈ ਸੀ ਤੇ ਹਾਸਾ ਵੀ ਬੇਫਕੂਰਤ ਇਹ ਕਿਉਂ ਨਹੀਂ ਸੋਚਦੀ ਕਿ ਜਦੋਂ ਕੋਈ ਇੱਕਾ ਦੁੱਕਾ ਨੌਕਰ ਇਹੋ ਜੀ ਹੱਦ ਤੱਕ ਪਹੁੰਚ ਵੀ ਜਾਂਦਾ ਹੈ ਤੇ ਉਹਦੇ ਪਿੱਛੇ ਵੀ ਮਾਲਕਾਂ ਦਾ ਕੁਝ ਕਸੂਰ ਜ਼ਰੂਰ ਹੁੰਦਾ ਹੈ ਮਾਲਕ ਜਿਹੜੇ ਲੱਖਾਂ ਦਾ ਕੈਸ਼ ਨੌਕਰਾਂ ਦੇ ਸਾਹਮਣੇ ਅਲਮਾਰੀਆਂ ਵਿੱਚ ਕੱਢਦੇ ਤੇ ਰੱਖਦੇ ਨੇ ਪਰ ਉਹਨਾਂ ਨੇ ਆਪਣੀਆਂ ਨਿਗੂਣੀਆਂ ਤਨਖਾਹਾਂ ਮਹੀਨਾ ਮਹੀਨਾ ਰੋਕੀ ਰੱਖਦੇ ਨੇ ਮਾਲਕ ਜਿਹੜੇ ਆਪਣੇ ਕੁੱਤਿਆਂ ਲਈ ਤੇ ਮਹਿੰਗੇ ਟ੍ਰੇਨਰ ਰੱਖਦੇ ਨੇ ਪਰ ਨੌਕਰਾਂ ਨੂੰ ਨਵਾਂ ਕਪੜਾ ਵੀ ਦੇ ਕੇ ਰਾਜ਼ੀ ਨਹੀਂ ਕਿਸੇ ਦਿਨ ਤੇ ਅਜੇ ਮਾਲਕਾਂ ਦੇ ਖਿਲਾਫ ਕਿਸੇ ਨੌਕਰ ਦਾ ਵਿਦਰੋਹ ਉਬਰੇਗਾ ਹੀ ਪਰ ਹੁਣ ਸਿਮਰਨ ਸੋਚਦੀ ਹੈ ਕਿ ਪਤਾ ਕਪੂਰਨੀ ਠੀਕ ਹੀ ਆਖਦੀ ਹੋਵੇ ਇਹ ਵੀ ਤਾਂ ਹੋ ਸਕਦਾ ਹੈ ਕਿ ਕਿਸੇ ਹੋਰ ਦੇ ਕੀਤੇ ਅਨਿਆਂ ਦਾ ਮੁੱਲ ਤੁਹਾਨੂੰ ਚੁਕਾਣਾ ਪੈ ਜਾਵੇ ਨਲੇ ਗਰੀਬੀ ਆਦਮੀ ਕੋਲੋਂ ਕੀ ਨਹੀਂ ਕਰਾਂਦੀ ਜਿਸ ਸੱਚਮੁੱਚ ਨਜਮਾ ਇੰਨੀ ਭੋਲੀ ਨਾ ਹੋਈ ਜਿੰਨੀ ਜਾਪਦੀ ਏ ਜੇ ਕਿਸੇ ਦਿਨ ਵਾਕੇ ਹੀ ਕੋਈ ﺍﻟमारी ਭੰਨ ਕੇ ਬੰਗਲਾਦੇਸ਼ ਵਾਪਸ ਚਲੀ ਗਈ ਤਾਂ ਸਿਮਰਨ ਤੇ ਰਮੇਸ਼ ਕੀ ਕਰ ਲੈਣਗੇ ﺍﻟमारੀਆਂ ਵਿੱਚੋਂ ਭਾਵੇਂ ਕੁਝ ਨਾ ਨਿਕਲੇ ਪਰ ਇਸਦਾ ਇਹ ਮਤਲਬ ਨਹੀਂ ਕਿ ਤੁਸੀਂ ਆਪਣੀਆਂ ਅੱਖਾਂ ਸਾਹਮਣੇ ਹੀ ਆਪਣਾ ਘਰ ਲੁੱਟਿਆ ਜਾਂਦਾ ਦੇਖੋ ਸਿਮਰਨ ਨੂੰ ਅਜੀਬ ਜਿਹਾ ਖਿਆਲ ਆਉਂਦੇ ਨੇ ਉਹਦਾ ਫਿਕਰ ਦਿਨੋਂ ਦਿਨ ਵੱਧਦਾ ਜਾਂਦਾ ਹੈ ਸਿਮਰਨ ਸੌਣਾ ਚਾਹਦੀ ਏ ਪਰ ਨਜਮਾ ਹਾਲੇ ਵੀ ਭਾਂਡੇ ਖੜਕਾਈ ਜਾਂਦੀ ਏ। ਇਹ ਘਰੀ ਕਿ ਜਾਂਦੀ ਏ 2 ਘੰਟਿਆਂ ਦੀ 4 ਵਾਰ ਚੱਲਦੇ ਨੇ। ਹੁਣ ਤੇ ਦੁਪਹਿਰੇ ਸੌਣ ਦਾ ਵੇਲਾ ਵੀ ਲੰਘ ਗਿਆ। ਸਿਮਰਨ ਖਿਜ ਕੇ ਖਾਣ ਕਮਰੇ ਵਿੱਚ ਆਂਦੀ ਏ। ਨਜਮਾ ਸਾਰੀਆਂ ਪਲੇਟਾਂ ਡੋਂਗੇ ਬਾਹਰ ਕੱਢ ਕੇ ਬੈਠੀ ਹੋਈ ਏ। ਸਿਮਰਨ ਦੀ ਮਾਂ ਦੇ ਵਿਆਹ ਵੇਲੇ ਦੇ ਸੰਭੇ ਹੋਏ ਵਿਲੈਤੀ ਡਿਨਰ ਸੈੱਟ। ਰਮੇਸ਼ ਦੀ ਭੈਣ ਦਾ ਅਮਰੀਕਾ ਤੋਂ ਭੇਜਿਆ ਪਾਇਰਿਕਸ ਦਾ ਟੀ ਸੈੱਟ। ਸਾਰਾ ਕੁਝ ਅਲਮਾਰੀ ਚੋਂ ਬਾਹਰ ਏ। ਇੱਕ ਹੀ ਖੜਖੜ ਲਾਈ ਹੋਈ ਏ। ਕਿਨੇ ਕਿਹਾ ਤੈਨੂੰ ਸਾਰੇ ਭਾਂਡੇ ਬਾਹਰ ਕੱਢ ਕੇ ਰੱਖਣ ਲਈ? ਬੀਬੀ ਜੀ अलमारी ਵਿੱਚ ਵਿੱਚ ਸਾਰੇ ਕਾਗਜ਼ ਪੀਲੇ ਪੈ ਗਏ ਸਭ ਮੈਂ ਸੋਚਿਆ ਬਦਲ ਦੇਵਾਂ ਸੈਮੀ ਜੀ ਨਜਮਾ ਜਵਾਬ ਦਿੰਦੀ ਹੈ ਮੈਂ ਤੈਨੂੰ ਕਿਹਾ ਸੀ ਕਾਗਜ਼ ਬਦਲ ਦੇ ਫਿਰ ਤੈਨੂੰ ਆਪੇ ਇਹ ਖਿਆਲ ਕਿਵੇਂ ਆ ਗਿਆ ਜਾਂ ਅੱਜਕੱਲ੍ਹ ਇਸ ਤਾਕ ਵਿੱਚ ਬੈਠੀ ਰਹਿੰਦੀ ਹੈ ਕਿ ਕਦੋਂ ਮੈਂ ਸਮਾਂ ਤੇ ਕਿਹੜੀ ਚੀਜ਼ ਤੇ ਹੱਥ ਸਾਫ਼ ਕਰੇ ਨਜਮਾ ਚੁੱਪ ਸਿਮਰਨ ਦਾ ਪਾਰਾ ਹੋੜ ਚੜ ਜਾਂਦਾ ਹੈ ਕਈ ਦਿਨਾਂ ਤੋਂ ਕੁੰਡਲੀ ਮਾਰੀ ਬੈਠਾ ਫਿਕਰ ਆਪਣਾ ਫਨ ਫੈਲਾ ਲੈਂਦਾ ਹੈ ਬੋਲਦੀ ਕਿਉਂ ਨਹੀਂ ਹੁਣ ਮੈਂ ਕੋਈ ਬੇਵਕੂਫ ਨਹੀਂ ਆ ਕਈ ਦਿਨਾਂ ਤੋਂ ਦੇਖ ਰਹੀ ਆ ਤੇਰਾ ਕੰਮ ਰੋਜ਼ ਲਟਕਦਾ ਹੀ ਜਾਂਦਾ ਹੈ ਕਦੀ ਇਸ ਬਹਾਨੇ ਕਦੀ ਉਸ ਬਹਾਨੇ ਇੱਕ ਵਾਰੀ ਵਾੜਾ ਹੈ ਘਰ ਵਿੱਚ ਤੇ ਇਥੋਂ ਨਿਕਲਣ ਦਾ ਨਾਂ ਹੀ ਨਹੀਂ ਲੈਂਦੀ ਕਿਸ ਤਾਕ ਵਿੱਚ ਬੈਠੀ ਰਹਿਨੀ ਹੈ ਬੋਲ ਬੋਲਦੀ ਕਿਉਂ ਨਹੀਂ ਹੁਣ ਨਾ ਇੰਜ ਨਾ ਅੱਖੋ ਬੀਬੀ ਜੀ ਅੱਲਾ ਕਸਮ ਜੇ ਉਹ ਜਿਆ ਖਿਆਲ ਮੇਰੇ ਕੋਲੋਂ ਵੀ ਲੰਘਿਆ ਹੋਵੇ ਇੱਥੇ ਹੀ ਤੁਹਾਡੇ ਸਾਹਮਣੇ ਘਰ ਕੋ ਜਾਵਾਂ ਇਥੋਂ ਨਿਕਲ ਕੇ ਮੈਂ ਜਾਵਾਂ ਕਿੱਥੇ ਨਾ ਉੱਥੇ ਬੱਤੀ ਨਾ ਪਾਣੀ ਕੋਲੋਂ ਗੰਦੇ ਨਾਲੇ ਦੀ ਮੁਸ਼ਕ ਆਂਦੀ ਹੈ ਮੱਛਰ ਤੇ ਮੱਖੀਆਂ ਅਸਲਮ ਸ਼ਾਮੀ 7 ਵਜੇ ਤੱਕ ਘਰ ਨਹੀਂ ਮੁੜਦਾ ਮੈਂ ਝੁੱਗੀ ਵੀ ਜਾ ਕੇ ਕਰਨਾ ਵੀ ਕੀ ਹੁੰਦਾ ਐ ਇੱਥੇ ਬੈਠੀ ਰਹਿਨੀ ਆ ਸੋਚਦੀ ਆ ਤੁਹਾਡਾ ਹੀ ਕੋਈ ਕੰਮ ਸਵਾਰ ਦੇਵਾਂ ਮੇਰੀ ਵੀ ਦੁਪਹਿਰ ਲੰਘ ਜਾਏਗੀ ਪਰ ਜੇ ਤੁਹਾਨੂੰ ਬੁਰਾ ਲੱਗਦਾ ਹੈ ਮਨ ਵਿੱਚ ਸ਼ੱਕ ਆਉਂਦਾ ਤੇ ਮੈਂ ਹੁਣੇ ਚਲੀ ਜਾਨੀ ਆ ਬੋਲਦੇ ਆ ਬੋਲਦੇ ਆ ਨਜਮਾ ਰੋਣ ਹਾਕੀ ਹੋ ਗਈ ਐ ਤੇ ਸਿਮਰਨ ਭਾਟੀਆਂ ਨਾਏਰ ਪਾਣੀ ਪਾਣੀ